बिस्मिल्लाहिर्रहमानिर्रहीम अस्सलाम वालेकुम मेरे बहन भाइयों लगन से पूछा तो बाद रखे इसे पे दवाना आज का ब्लॉग ਸਾਡਾ ਆਪਣਾ ਚੈਨਲ ਅੱਛਾ ਫੈਮਿਲੀ ਵਲੌਗ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਸਾਡੀ ਹਰ ਵੀਡੀਓ ਨੋਟੀਫਿਕੇਸ਼ਨ ਜਿਹੜਾ ਬਈਆਂ ਤੱਕ ਬਰ ਤੱਕ ਪਹੁੰਚਦੀ ਰਹੇ ਅੱਜ ਦੀ ਗੱਲ ਇਸ ਤਰ੍ਹਾਂ ਦੀ ਆ ਵੀ ਕਾਫੀ ਚਾਵਲ ਬਣਾਏ ਸੀਗੇ ਤੇ ਬਰਤਨ ਜਿਹੜੇ ਕਾਫੀ ਇਕੱਠੇ ਹੋਏ ਹੋਏ ਸੀਗੇ ਮੈਂ ਕੋ ਬਰਤਨ ਦੇ ਉੱਤੇ ਬਾਫਰ ਆ ਉਹ ਮੈਂ ਕੱਢ ਕੇ ਤੇ ਰੱਖ ਦਿੱਤਾ ਟੋਕਰੀ ਦੇ ਵਿੱਚ ਭਾਂਡੇ ਦੇ ਵਿੱਚ ਦੇਖੋ ਜੀ ਭਾਂਡੇ ਜਿਹੜੇ ਹੁਣ ਮੈਂ ਕੱਢ ਲਏ ਇਹਨਾਂ ਨੂੰ ਰੱਖਦੀ ਜ਼ਰੂਰਤ ਦੀ ਚੀਜ਼ ਜਿਹੜੀ ਫਿਰ ਜੇ ਲੋੜ ਹੋਊਗੀ ਉਹ ਲੈ ਲਵਾਂਗੇ ਇੱਥੇ ਰੱਖ ਦੇ ਦੀਆਂ ਇਹਨਾਂ ਚੀਜ਼ਾਂ ਸਾਰੀਆਂ ਐਵੇਂ ਦੀ ਜਗ੍ਹਾ ਬਣੀ ਹੋਈ ਲੋੜ ਹੋਊਗੀ ਭਾਂਡੇ ਦੀ ਫਿਰ ਦੁਬਾਰਾ ਭਾਂਡੇ 'ਚ ਚੱਕ ਲਵਾਂਗੇ ਅਤੇ ਜੇ ਜ਼ਰੂਰਤ ਹੁੰਦੀ ਹੈ ਚੱਕ ਲਈ ਦੇ ਹੁਣ ਬਰਤਨ ਧੋਤੇ ਸੀਗੇ ਇਹਦੇ ਵਿੱਚ ਰੱਖ ਦਿੱਤੇ ਸੀ ਹੁਣ ਬਰਤਨ ਰੱਖ ਦਿੱਤੇ ਅਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਸ਼ੇਅਰ ਕਰੋ ਵਧੀਆ ਮੈਂ ਖਾਣੇ ਵਿੱਚ ਭਿੰਡੀ ਤਿਆਰ ਕਰਨ ਭਿੰਡੀ ਜਿਹੜੀ ਅੱਛੀ ਤਰ੍ਹਾਂ ਵਾਸ਼ ਕਰਕੇ ਰੱਖ ਲਈ ਹੈ ਅਤੇ ਪਿਆਜ਼ ਵੀ ਲੈਂਦੇ ਆ ਕੋਲ ਚਾਚਾ ਉਹਨਾਂ ਨੇ ਵਿੱਚ ਜਾਲੀ ਵਿੱਚ ਪਾ ਕੇ ਰੱਖ ਲਏ ਅਤੇ ਅਮਨ ਦਾ ਨਸ਼ ਨਾ ਉੱਤੋਂ ਇੱਥੋਂ ਟੁੱਕ ਗਿਆ ਥੋੜ੍ਹਾ ਜਿਹਾ ਜੂਏ ਤਰ੍ਹਾਂ ਅਤੇ ਇਹਨੂੰ ਫਿਰ ਚੱਕ ਦੇ ਅਤੇ ਹੁਣ ਜਲਦੀ ਜਲਦੀ ਮੈਂ ਨਾ ਸਭ ਤੋਂ ਪਹਿਲੇ ਕਿਉਂਕਿ ਮੌਸਮ ਜਿਹੜਾ ਫਿਰ ਦੁਬਾਰਾ ਵੀ ਮੇਰੇ ਭੈਣ ਭਾਈ ਜਿੰਨੇ ਚਿਰ ਹੁਣ ਗੰਦਮ ਕੱਟਣੀ ਆ ਗਰਮੀਆਂ ਆ ਗਈਆਂ ਮੌਸਮ ਇਸੇ ਤਰ੍ਹਾਂ ਆਇਆ ਕਰਨਾ ਅਤੇ ਹੁਣ ਜਲਦੀ ਪਹਿਲੇ ਸਭ ਤੋਂ ਪਹਿਲੇ ਸਬਜ਼ੀ ਬਣਾਉਣੀ ਹੈ ਬਿਸਮਿਲ੍ਲਾਹਿਰਰਹਮਾਨਿਰਰਹੀਮ ਸਬਜ਼ੀ ਜਿਹੜੀ ਇਸ ਤਰ੍ਹਾਂ ਮੈਂ ਤਿਆਰ ਕਰ ਲੈਣੀ ਕਿਉਂਕਿ ਭਿੰਡੀ ਜਿਹੜੀ ਨਾ ਬਹੁਤ ਹੀ ਨਿੱਕੀ ਨਿੱਕੀ ਬਰੀਕ ਬਰੀਕ ਨਹੀਂ ਕਦੀ ਕੱਟੀ ਹੈਗੀ ਥੋੜ੍ਹੇ ਜਿਹੇ ਨਾ ਇਹਨਾਂ ਦੀ ਪਤਲੀਆਂ ਜਿਹੜੀਆਂ ਅਤੇ ਜਲਦੀ ਉਹਨੂੰ ਸਬਜ਼ੀ ਪਹਿਲੇ ਬਣਾਉਣੀ ਹੈ ਬਣਾ ਕੇ ਅਤੇ ਫਿਰ ਇਨਸ਼ਾਅੱਲਾ ਨਾਲ ਨਾਲ ਬਣਾਵਾਂਗੇ ਅਤੇ ਨਾਲ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ ਅਤੇ ਮੇਰੀ ਵੀਡੀਓ ਦੇ ਨਾਲ ਜੁੜੇ ਰਹਿਣਾ ਅਤੇ ਅੱਲਾ ਪਾਕ ਮੇਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਅਤੇ ਮੇਰੇ ਜਲਦੀ ਜਲਦੀ ਸਬਜ਼ੀ ਬਣਾ ਲਵਾਂ ਸਬਜ਼ੀ ਬਣਾ ਕੇ ਅਤੇ ਫਿਰ ਮੈਂ ਖਾਣਾ ਨਾਲ ਤਿਆਰ ਕਰਦੀ ਨਾਲ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੀ ਅੱਛਾ ਜੀ ਅੱਗ ਚਾਲੂ ਹੋ ਗਈ ਭਿੰਡੀਆਂ ਜਿਹੜੀਆਂ ਸਾਰੀਆਂ ਬਣਾ ਕੇ ਲੈ ਆਈ ਹਾਂ ਬਿਸਮਿਲ੍ਲਾਹ ਕਰਦੇ ਸਭ ਤੋਂ ਪਹਿਲੇ ਰੱਖਦੇ ਨੇ ਕੜਾਹੀ ਕੜਾਹੀ ਵਿੱਚ ਤੇਰਾ ਗਰਮ ਹੋ ਜਾਂਦੀ ਜਲਦੀ ਜਲਦੀ ਮੈਂ ਖਾਣਾ ਤਿਆਰ ਕਰ ਲਵਾਂ ਰੋਜ਼ ਹੀ ਮੌਸਮ ਦਾ ਹਿਸਾਬ ਤਾਂ ਬਣ ਜਾਂਦਾ ਵਾ ਦੋ ਦੋਈਆਂ ਮੈਂ ਵਿੱਚ ਮਿਕਸ ਕਰ ਦਿੱਤੀਆਂ ਵਾ ਘੇ ਦੀਆਂ ਘੇ ਜਿਹੜਾ ਅੱਛੀ ਤਰ੍ਹਾਂ ਗਰਮ ਹੋ ਜਾਂਦਾ ਵਾ ਆ ਵਿੱਚ ਆਵਾਜ਼ਾਂ ਆ ਰਹੀਆਂ ਵਾ ਸਾਹਮਣੇ ਮਿਸਾਈ ਜਿਹੜੇ ਆ ਸਾਡੇ ਵੀ ਛੇਤੀ ਤੋਂ ਛੇਤੀ ਸ਼ਿਫਟ ਹੋ ਜਾਣਗੇ ਆਪਣੇ ਘਰ ਅਗਰ ਘਰਾਂ ਦੇ ਘਰ ਜਿਹੜਾ ਬਦਲਾਂ ਠੀਕ ਕਰੇ ਅਤੇ ਉਹ ਇਹਨਾਂ ਦੇ ਘਰ ਸੀਲਿੰਗ ਹੋ ਰਹੀ ਹੈ ਸੋ ਬੰਦੇ ਲੱਗੇ ਹੋਏ ਤਾਂ ਉਹ ਇੱਕ ਤਰ੍ਹਾਂ ਆਵਾਜ਼ਾਂ ਦੇ ਰਹੇ ਆ ਤਾਂ ਸ਼ੋਰ ਹੋ ਰਿਹਾ ਵਾ ਅਤੇ ਇਸ ਤਰ੍ਹਾਂ ਘੇ ਹੋ ਜਾਂਦਾ ਗਰਮ ਅਤੇ ਬਾਅਦ ਫਿਰ ਜਲਦੀ ਜਲਦੀ ਨਾ ਮੈਂ ਇਹਨੂੰ ਕਰ ਲੈਂਦੀ ਹਾਂ ਮੱਕੀ ਮਿਲ ਜਾਂਦਾ ਹੀ ਉਹ ਬਹੁਤ ਜ਼ਿਆਦਾ ਮੱਕੀ ਦੇ ਨਾਲ ਮੱਕੀ ਤੋਂ ਨਾ ਮੈਂ ਪ੍ਰਾਂਤ ਦੇ ਕੇ ਢੱਕਿਆ ਹੋਇਆ ਸੀਗਾ ਹਰ ਚੀਜ਼ ਮੈਂ ਤਿਆਰ ਕੀਤੀ ਗਈ ਹੈ ਮੱਕੀ ਇੰਨੀ ਵੀ ਨਾ ਬਹੁਤ ਜ਼ਿਆਦਾ ਹੈ ਜਿਹੜੀ ਲੈਂਦੀ ਹੈ ਉਸ ਵਾਸਤੇ ਸਬਜ਼ੀ ਇਹ ਇਹਨਾਂ ਫਰਾਈ ਕਰਕੇ ਅਤੇ ਭਿੰਡੀਆਂ ਜਿਹੜੀਆਂ ਮੈਂ ਕੱਢ ਦੂੰਗੀ ਮੈਂ ਦਾਨੇ ਪਿੱਛੇ ਜੀ ਬੜਾ ਪਿੱਛੇ ਜੀ ਪਿੱਛੇ ਜੀ ਪਿੱਛੇ ਜੀ ਬਾਹਰ ਦੇਖੋ ਦਰਵਾਜ਼ੇ ਤੇ ਕੌਣ ਆਇਆ ਮਾਹਮ ਦੇਖੋ ਮਾਹਮ ਗਈ ਨਾ ਦੇ ਨਾ ਦੇਖਿਆ ਦੇਖੋ ਬਸ ਬਾਹਰ ਕੌਣ ਹੈ ਦੇਖੋ ਜੀ ਮੈਂ ਇਸ ਤਰ੍ਹਾਂ ਹੋ ਚੁੱਕਾ ਗਰਮ ਠੰਡਾ ਕਰਦੀ ਭਿੰਡੀਆਂ ਮਿਕਸ ਕਰ ਦਿੱਤੀਆਂ ਅਤੇ ਭਿੰਡੀਆਂ ਹੋ ਜਾਂਦੀਆਂ ਇਸ ਤਰ੍ਹਾਂ ਫਰਾਈ ਮੇਰੇ ਭੈਣ ਭਾਈ ਇਹ ਕਈ ਤਾਂ ਕਹਿੰਦੇ ਅਸੀਂ ਇਸੇ ਤਰ੍ਹਾਂ ਹੀ ਬਣਾ ਲਈ ਦੀਆਂ ਵਾ ਮੈਂ ਤਾਂ ਮੈਂ ਇਸ ਤਰ੍ਹਾਂ ਹੀ ਬਣਾਉਂਦੀ ਹੁੰਦੀ ਹਾਂ ਕਿਉਂਕਿ
ਇਹ ਵਿਚਲੇ ਲੇਸ ਦੇ ਛੱਡ ਦਿੰਦੀਆਂ ਹਨ ਭਿੰਡੀਆਂ ਨਾ ਤੱਚ ਉਹ ਤੋਂ ਭਾਵੇਂ ਟੋਕਰੀ ਲਿਆ ਕੇ ਦੇ ਮੈਂ ਹਰੀਆਂ ਮਿਰਚਾਂ ਟਮਾਟਰ ਕੱਟਾਂ ਅਤੇ ਜਿਹੜੀ ਇਹਦੇ ਭਿੰਡੀਆਂ ਫਿਰ ਲੇਸ ਛੱਡਦੀਆਂ ਨਾ ਅਤੇ ਉਹ ਫਿਰ ਬਿਲਕੁਲ ਜਿਹੜੀ ਨਾ ਫਰਾਈ ਹੋਣ ਦੇ ਨਾਲ ਲੇਸ ਜਿਹੜੀ ਆ ਬਿਲਕੁਲ ਖਤਮ ਹੋ ਜਾਂਦੀ ਆ ਫਰਾਈ ਸੋਹਣੀਆਂ ਹੋ ਜਾਂਦੀਆਂ ਵਾ ਖਾਣੇ ਵਿੱਚ ਬਣੀਆਂ ਹੋਈਆਂ ਮਜ਼ੇਦਾਰ ਲੱਗਦੀਆਂ ਅੱਛਾ ਬੇਟਾ ਟੋਕਰੀ ਦੇ ਚੱਲ ਕੌਲੀ ਲੈ ਕੌਲੀ ਲੈ ਆਂ ਜੀ ਪਲੇਟ ਕੌਲੀ ਲੈ ਆਂ ਟੋਕਰੀ ਨਾ ਤੁਸੀਂ ਲੱਭਣੇ ਮੈਂ ਕਿਹਾ ਹਰੀਆਂ ਮਿਰਚਾਂ ਟਮਾਟਰ ਮੈਂ ਕੱਟ ਕੇ ਰੱਖ ਲਵਾਂ ਉੱਪਰ ਲੈ ਕੇ ਮਰੀਏ ਬੇਟਾ ਮਾਰੀਓ ਦੇਖੋ ਨਾ ਇਸ ਤਰ੍ਹਾਂ ਲੇਸ 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 ਦੇਖੋ ਇਸ ਤਰ੍ਹਾਂ ਲੇਸ ਲੇਸ ਆ ਅਤੇ ਇਹਦੇ ਨਾ ਅੱਛੀ ਤਰ੍ਹਾਂ ਫਰਾਈ ਹੋ ਕੇ ਬਿਲਕੁਲ ਖਤਮ ਹੋ ਜਾਂਦੀ ਕੌਲੀ ਲਿਆਈ ਨਾ ਤੁਸੀਂ ਤਾਂ ਹੁਣ ਮਿਰਚਾਂ ਕਿਉਂਕਿ ਮਿਰਚਾਂ ਇਸ ਵਾਸਤੇ ਮੇਰੇ ਭੈਣ ਵੀ ਮੈਂ ਸਾਬਤ ਵੀ ਕੁਛ ਪਾਉਣੀਆਂ ਕੁਛ ਜਿਹੜੀਆਂ ਕੱਟ ਕੇ ਪਾਵਾਂਗੇ ਕਿਉਂਕਿ ਕਈ ਵਿੱਚ ਮਿਰਚਾਂ ਇਸ ਤਰ੍ਹਾਂ ਦੀਆਂ ਵੀ ਵਿੱਚ ਨਾ ਸੁੰਡੀਆਂ ਨਿਕਲਦੀਆਂ ਕਾਣੀਆਂ ਨਿਕਲਦੀਆਂ ਵਾ ਅਤੇ ਇਸ ਤਰ੍ਹਾਂ ਚੀਰੇ ਦੇ ਕੇ ਦੇਖ ਲੈਂਦੀ ਨਾ ਵਿੱਚ ਸੁੰਡੀ ਵਗੈਰਾ ਤਾਂ ਨਹੀਂ ਹੈਗੀ ਮੈਨੂੰ ਬਹੁਤ ਇੱਦਾਂ ਦੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਵਹਿਮ ਰਹਿੰਦਾ ਵਾ ਅਤੇ ਇਸ ਤਰ੍ਹਾਂ ਚੀਰੇ ਦੇਖ ਕੇ ਅਤੇ ਮੈਂ ਨਾਲ ਸਾਬਤ ਹੀ ਮਿਰਚਾਂ ਜਿਹੜੀਆਂ ਪਾ ਦਿੰਦੀ ਹਾਂ ਕਣਾਂ ਤਿਆਰ ਕਰਕੇ ਅਤੇ ਕਿਉਂਕਿ ਅੱਛਾ ਤਾਂ ਤੁਸੀਂ ਆਪਣੇ ਕਾਰੋਬਾਰ ਕੰਮ 'ਤੇ ਆ ਅਤੇ ਅਰਦਾਨ ਬੇਟਾ ਵੀ ਮਾਸ਼ਾਲਾ ਗੰਦਮ ਕੱਟ ਰਿਹਾ ਵਾ ਅਤੇ ਫਿਰ ਮੈਂ ਜਾ ਕੇ ਅਤੇ ਆਟਾ ਖਤਮ ਹੋਇਆ ਹੋਇਆ ਵਾ ਅਤੇ ਚੱਕੀ 'ਤੇ ਜਾ ਕੇ ਆਟਾ ਲਿਆਉਂਦੀ ਹਾਂ ਫਿਰ ਖਾਣਾ ਤਿਆਰ ਕਰ ਲਵਾਂ ਉਸ ਤੋਂ ਬਾਅਦ ਫਿਰ ਜਾਂਦੀ ਮਿਰਚਾਂ ਮਾਸ਼ਾਲਾ ਸਾਰੀਆਂ ਠੀਕ ਨਿਕਲੀਆਂ ਕੋਈ ਕਾਣੀ ਨਹੀਂ ਹੈਗੀ ਬਿਲਕੁਲ ਮਿਰਚਾਂ ਠੀਕ ਨਿਕਲੀਆਂ ਨਾ ਤੇ ਦਾਨਿਸ਼ ਬਾਹਰ ਗਿਆ ਪਕੜ ਕੇ ਨਾਲ ਹੀ ਕੱਟ ਲੈਣੀ ਟਮਾਟਰ ਟਮਾਟਰ ਦੋ ਤਿੰਨ ਹੋਣ ਤਾਂ ਫਿਰ ਭਿੰਡੀ ਵਿੱਚ ਸੋਹਣੇ ਲੱਗਦੇ ਟਮਾਟਰ ਚੱਲ ਇੱਕ ਹੀ ਸੀਗਾ ਚੱਲ ਗੁਜ਼ਾਰਾ ਹੋ ਜਾਣਾ ਸ਼ੁਕਰ ਅਲਹਮਦ ਅੱਲਾ ਪਾਕ ਦਾ ਬੜਾ ਹੀ ਸ਼ੁਕਰ ਆ ਅੱਲਾ ਪਾਕ ਤਿੰਨ ਟਾਈਮ ਜੀ ਦਿੰਦਾ ਮੇਰੇ ਭੈਣ ਭਾਈ ਉਹ ਬਹੁਤ ਸੋਹਣੀ ਦਿੰਦਾ ਵਾ ਇੱਜ਼ਤ ਵੀ ਅੱਲਾ ਦੇ ਦੇਵੇ ਨਾ ਥੋੜ੍ਹੀ ਦੇ ਦੇਵੇ ਇੱਜ਼ਤ ਹੀ ਦੇ ਦੇਵੇ ਤਾਂ ਬਰੰਡਰ ਚੱਲ ਰਿਹਾ ਉੱਧਰ ਜੀ ਬਿਸਮਿਲਲਾ ਕਰਦੇ ਹਾਂ ਹੁਣ ਇੰਨੀਆਂ ਜ਼ਿਆਦਾ ਨਹੀਂ ਫਰਾਈ ਕੀਤੀਆਂ ਹੋਏਗੀ ਕਿਉਂਕਿ ਅੱਛੀ ਤਰ੍ਹਾਂ ਵਿੱਚੋਂ ਬਿਲਕੁਲ ਛਾਣੇ ਦੇ ਨਾਲ ਛਾਣ ਹੋ ਜਾਂਦਾ ਭੈਣ ਭਾਈ ਮਹਿਸੂਸ ਨਾ ਕਰਨ ਕਿਉਂਕਿ ਆਵਾਜ਼ ਮਸ਼ੀਨ ਦੀ ਆ ਜੋ ਗਰੰਡਰ ਚੱਲ ਰਿਹਾ ਹੈ ਨਾ ਇਹਦਾਂ ਚਾ ਛਾਣੇ ਦੇ ਨਾਲ ਘਿਓ ਬਿਲਕੁਲ ਨਿਚੜ ਜਾਂਦਾ ਵਾ ਇਹਦੇ ਵਿੱਚ ਮੈਂ ਮਿਕਸ ਕਰ ਦਿੰਦੇ ਪਿਆਜ਼ ਅਤੇ ਸਿੱਕੇ ਇਹਦੇ ਵਿੱਚ ਅੱਛਾ ਜੀ ਭਿੰਡੀਆਂ ਮੈਂ ਵਿੱਚੋਂ ਕੱਢ ਲਈਆਂ ਅਤੇ ਕੱਢ ਕੇ ਬੋਲ 'ਚ ਪਾ ਲਈਆਂ ਹੁਣ ਬਿਸਮਿਲਾ ਕਰਦੀਆਂ ਪਿਆਜ਼ ਦੇ ਵਿੱਚ ਕਰ ਦਿੰਦੀ ਬਿਸਮਿਲਾ ਪਿਆਜ਼ ਵੀ ਮੇਰੇ ਭੈਣ ਭਾਈ ਇੰਨੇ ਮਹਿੰਗੇ ਅਤੇ ਚੰਗੇ ਭਲੇ ਪਿਆਜ਼ ਜਿਹੜੇ ਭਿੰਡੀਆਂ ਵਿੱਚ ਅਤੇ ਕਰੇਲਿਆਂ ਵਿੱਚ ਪਿਆਜ਼ ਬਹੁਤ ਜ਼ਿਆਦਾ ਪੈਂਦੇ ਆ ਭਿੰਡੀ ਅਤੇ ਕਰੇਲੇ ਜਿਹੜੇ ਪਿਆਜ਼ ਤੋਂ ਬਿਨਾਂ ਫਿਰ ਆਉਂਦੇ ਨਹੀਂ ਗੇ ਅੰਮੀ ਤੋਰੀ ਪਿਆਜ਼ ਵੀ ਬਹੁਤ ਲੈ ਹਾਂਜੀ ਇੱਕ ਕਿਲੋ ਲੈ ਸੀਗੇ ਅਤੇ ਜਿਹਦੇ ਵਿੱਚ ਉਹ ਉਮੀਦ ਆ ਵੀ ਤਿੰਨ ਕੁ ਪਾ ਜਿਹੜੇ ਪਿਆਜ਼ ਵਿੱਚ ਪੈ ਚੱਲੇ ਆ ਅਤੇ ਅੱਧਾ ਪਾਈਆ ਅੱਗੇ ਰੱਖੇ ਹੋਣੇ ਜਿਹੜੇ ਅਸੀਂ ਸਵੇਰ ਨੂੰ ਦੂਸਰੇ ਖਾਣੇ ਵਿੱਚ ਇਸਤੇਮਾਲ ਕਰਦਾ ਬਹੁਤ ਜ਼ਿਆਦਾ ਮਹਿੰਗੇ ਪਿਆਜ਼ ਹੁਣ ਅੱਛੀ ਤਰ੍ਹਾਂ ਇਹਨਾਂ ਦਾ ਪਿਆਜ਼ ਜਿਹੜੇ ਗੋਲਡਨ ਬਰਾਊਨ ਹੋ ਜਾਂਦੇ ਆ ਵੀ ਇਸ ਦੇ ਦੇਵਾਂ ਇਹ ਛਾਣਨਾ ਮੱਕੀ ਬਹੁਤ ਜ਼ਿਆਦਾ ਆਈ ਹੋਈ ਇੰਨੀ ਕਿ ਮੇਰੇ ਭੈਣ ਭਾਈ ਮੱਕੀ ਹੈ ਨਾ ਉੱਤੇ ਹਰ ਚੀਜ਼ ਦੇ ਪਿੰਡ ਦੀ ਫਿਰਦੀ ਕਿਹੜੀ ਕਿਹੜੀ ਸ਼ਾਇਦ ਢੱਕ ਕੇ ਰੱਖੇ ਦੋ ਲੱਕੜਾਂ ਹੋਰ ਲਾ ਦਾਂ ਜਲਦੀ ਜਲਦੀ ਖਾਣਾ ਤਿਆਰ ਹੋ ਜਾਊਗਾ ਕਿਉਂਕਿ ਤਵੀ ਦਾ ਬਾਲਣ ਨਹੀਂ ਹੈਗਾ ਰੋਟੀ ਵੀ ਪੱਕਣੀ ਚੁੱਲ੍ਹੇ 'ਤੇ ਬੈਠ ਕੇ ਬਣਾਉਣੀ ਹੈ
ਆਪੀ ਉਹਨਾਂ ਦੇ ਬੱਚੇ ਵੀ ਆਏ ਆ। ਅੱਛਾ ਜੀ, ਪਿਆਜ਼ ਵੀ ਗੋਲਡਨ ਬਰਾਊਨ ਹੋ ਚੱਲੇ ਅਤੇ ਹਰੀ ਮਿਰਚ, ਟਮਾਟਰ ਇਹਨਾਂ ਵਿੱਚ ਮਿਕਸ ਕਰ ਦੇਣੀ ਅਤੇ ਨਾਲ ਵਿੱਚ ਮਿਕਸ ਕਰਤੀ ਆ ਪਾਊਡਰ ਮਸਾਲੇ। ਅੱਛਾ ਜੀ, ਨਮਕ ਇੱਕ ਚਮਚ, ਹਲਦੀ ਦਾ ਪਾਊਡਰ ਇੱਕ ਚਮਚ, ਰੈੱਡ ਮਿਰਚ ਡੇਢ ਚਮਚ। ਹੁਣ ਅੱਛੀ ਤਰ੍ਹਾਂ ਮਸਾਲੇ ਨੂੰ 2 ਤੋਂ 3 ਮਿੰਟ ਮੈਂ ਇਹਨਾਂ ਦੀ ਅੱਛੀ ਤਰ੍ਹਾਂ ਬਣਾਈ ਕਰਦੀ ਮਸਾਲੇ ਦੀ। ਥੋੜ੍ਹਾ ਵਿੱਚ ਮਿਕਸ ਕਰ ਦਿੰਦੀ ਪਾਣੀ ਤਾਂ ਮਸਾਲਾ ਨੀਚੇ ਨਾ ਲੱਗ ਜਾਵੇ। ਅੱਛੀ ਤਰ੍ਹਾਂ ਮਸਾਲਾ ਫਰਾਈ ਹੋ ਚੁੱਕਾ ਸੀਗਾ, ਹੁਣ ਵਿੱਚ ਮਿਕਸ ਕਰਨ ਲੱਗੀ ਹਾਂ ਭਿੰਡੀ। ਬਿਸਮਿਲਲਾਹ ਰਹਿਮਾਨ, ਇਹ ਗਰੰਡਾ ਚੱਲਣ ਡਿਆ ਵਾ, ਅੱਛੀ ਤਰ੍ਹਾਂ ਮਿਕਸ ਕਰ ਦਿੰਦੀ ਹਾਂ। ਅੱਗ ਨੀਚੇ ਅੱਗ ਹਲਕੀ ਕਰ ਦੇਣੀ ਹੈ, ਦੇਖੋ ਜੀ ਅੱਗ ਹਲਕੀ ਕਰ ਦੇਣੀ, ਬਿਲਕੁਲ ਅੱਗ ਜਿਹੜੀ ਨੀਚੋਂ ਕੱਢ ਦਿੱਤੀ ਹੈ। ਅਤੇ ਹੁਣ ਦਮ 'ਤੇ ਰੱਖ ਦਿੰਦੀ ਇਹਨੂੰ ਅਤੇ ਮਸਾਲਾ ਬਣ ਕੇ ਅਤੇ ਭਿੰਡੀ ਤਿਆਰ ਹੋ ਜਾਣੀ ਮਸਾਲੇ ਦੇ ਵਿੱਚ ਮਿਕਸ ਕਰ। ਅਤੇ ਹੁਣ ਚੱਲਦੀ ਹਾਂ ਮੈਂ ਜਾ ਕੇ ਅਤੇ ਲੈ ਕੇ ਆਉਂਦੀ ਹਾਂ ਆਟਾ। ਆਟਾ ਖਤਮ ਹੋਇਆ ਹੋਇਆ, ਇਹ ਮਸਾਲਾ ਖਾਣਾ ਬਣ ਕੇ ਤਿਆਰ ਹੋ ਜਾਣਾ ਅਤੇ ਹੋਰ ਨਾਲ ਜਿਹੜੇ ਕੰਮ ਕਰਨੇ ਉਹ ਵੀ ਇਨਸ਼ਾਅੱਲਾ ਮੈਂ ਕਰ ਰਹੀ ਹਾਂ। ਅੱਛਾ ਜੀ ਮੇਰੀ ਭੈਣ ਬਈ, ਉਹ ਆਟਾ ਮੈਂ ਲੈ ਕੇ ਚੱਕੀ ਤੋਂ ਆ ਗਈ ਸੀਗੀ ਅਤੇ ਆ ਕੇ ਖਾਣਾ ਵੀ ਮਸਾਲਾ ਬਣ ਕੇ ਤਿਆਰ ਹੋ ਗਿਆ। ਆਟਾ ਗੁੰਨ ਕੇ ਜਲਦੀ ਰੋਟੀ ਬਣਾਈ ਜਾਣ ਰਹੀ ਹਾਂ ਅਤੇ ਗੰਦਮ ਵੀ ਦੇਖੋ ਇਸ ਤਰਫ ਕੱਟ ਹੋਈ ਜਾਣ ਰਹੀ ਹੈ, ਉਹ ਗੰਦਮ ਜਿਹੜੀ ਨਿਕਲ ਗਈ ਆ। ਬੱਦਲ ਦੇਖੋ ਕਾਫੀ ਫੇਜ਼ ਦੁਬਾਰਾ ਜ਼ਿਆਦਾ ਆਏ ਹੋਏ ਆ ਅਤੇ ਮੌਸਮ ਜਿਹੜਾ ਕਾਫੀ ਜਿਹੜਾ ਚੇਂਜ ਹੋਇਆ। ਅੱਲਾਹ ਪਾਕ ਹੁਣ ਤਾਂ ਰਹਿਮਤ ਹੀ ਕਰੇ, ਆਪਣੀ ਰਹਿਮਤ ਦਾ ਸਾਇਆ ਰੱਖੇ ਅਤੇ ਫਸਲਾਂ ਜਿਹੜੀਆਂ ਸਾਰੀਆਂ ਜ਼ਿਮੀਂਦਾਰਾਂ ਦੀਆਂ ਨਿਕਲ ਜਾਣ। ਅਤੇ ਅੱਛਾ ਜੀ, ਇਹ ਸੀ ਸਾਡੀ ਅੱਜ ਦੀ ਵੀਡੀਓ। ਅਗਰ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਸਾਨੂੰ ਜ਼ਰੂਰ ਦੱਸੀ ਆਪਣੀਆਂ ਦੋਵਾਂ ਸਨ ਬੋਏ ਯਾਦ ਰੱਖੀਓ। ਅਸੀਂ ਵੀ ਆਪਣੇ ਭੈਣ ਭਾਈਆਂ ਨੂੰ ਹਰ ਟਾਈਮ ਯਾਦ ਰੱਖਦੇ, ਅੱਲਾਹ ਪਾਕ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਬਿਮਾਰਾਂ ਨੂੰ ਸ਼ਿਫਾ ਦੇਵੇ, ਜਿਹੜਾ ਕੋਈ ਬੇਰੁਜ਼ਗਾਰ ਅੱਲਾਹ ਤਾਲਾ ਰੋਜ਼ ਵਸੀਲਾ ਦੇਵੇ, ਜਿਹੜਾ ਕੋਈ ਔਲਾਦ ਅੱਲਾਹ ਤਾਲਾ ਨੇਕ ਔਰ ਸਾਲੀ ਔਲਾਦ ਦੇਵੇ, ਜਿਹੜਾ ਬਿਮਾਰ ਅੱਲਾਹ ਤਾਲਾ ਕਾਮਲੇ ਸ਼ਿਫਾ ਦੇਵੇ, ਜਿਹੜਾ ਕੋਈ ਬੇਕਾਰ ਅੱਲਾਹ ਤਾਲਾ ਬੈਠੇ ਦੀ ਛੱਤ ਦੇਵੇ, ਅੱਲਾਹ ਤਾਲਾ ਸਭ ਨੂੰ ਰਿਜ਼ਕੇ ਹਲਾਲ ਦੇਵੇ, ਆਮੀਨ ਸੁਮਾ ਆਮੀਨ। ਅਤੇ ਜਿੰਨੀ ਮੇਰੀ ਯੂਟਿਊਬ ਫੈਮਿਲੀ ਮੈਨੂੰ ਪਿਆਰ ਮੁਹੱਬਤ ਦਿੰਦੀ, ਅੱਲਾਹ ਪਾਕ ਸਭ ਨੂੰ ਆਪਣੀ ਜ਼ਬਾਨ 'ਚ ਰੱਖੇ, ਆਮੀਨ ਸੁਮਾ ਆਮੀਨ। ਅਤੇ ਫਿਰ ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ, ਸੰਦੋ ਇਜਾਜ਼ਤ, ਅੱਲਾਹ ਹਾਫਿਜ਼। ਮੈਂ ਕਿਹਾ ਚਲੋ ਅੱਜ ਬੈਕ ਹੀ ਐਂਡ ਕਰ ਲੈਂਦੇ ਹਾਂ, ਫਰੰਟ ਨਹੀਂ ਕਰਦੇ ਹੈਗੇ।